ਯੀਸ਼ੂ 5,000 ਲੋਕਾਂ ਜੋ ਖਾਣਾ ਖਵਾਉਂਦਾ ਹੈ। ਯੀਸ਼ੂ ਆਪਣੇ ਪ੍ਰੇਰਿਤਾਂ ਜੋ ਪ੍ਰਚਾਰ ਕਰਨ ਤਾਈਂ ਕੰਨੇ ਲੋਕਾਂ ਜੋ ਸ਼ਿਕਸ਼ਾ ਦੇਣ ਤਾਈਂ ਮਤੀਆਂ ਅਲੱਗ ਅਲੱਗ ਜਗ੍ਹਾ ਚ ਭੇਜਿਆ। ਜਾਲੂ ਸਹਿ ਉਹਨਾਂ ਜਗ੍ਹਾ ਲਾ ਵਾਪਿਸ ਮੁੜੀ ਕਰੀ ਯੀਸ਼ੂ ਵੱਲ ਆਏ ਤਾਂ ਉਹਨਾਂ ਉਸਿਓ ਦੱਸਿਆ ਕਿ ਉਹਨਾਂ ਕਿਆ ਕਿਆ ਕੀਤਿਆ ਹਾਂ। ਤਾਲੂ ਯੀਸ਼ੂ ਹੈ ਉਹਨਾਂ ਜੋ ਜੀਲਾਂ ਦੇ ਦੂਏ ਪਾਸੇ ਉਦੇ ਸੋਗੀ ਇੱਕ ਸ਼ਾਂਤ ਜਗ੍ਹਾ ਪਰ ਜਾਈ ਕਰੀ ਕੁਛ ਵਕਤ ਆਰਾਮ ਕਰਨ ਤਾਈਂ ਸੱਦਿਆ। ਕੰਨੇ ਸਹਿ 21 ਕਿਸ਼ਤੀਆਂ ਪਰ ਚੜੀ ਕਰੀ ਜ਼ਿਲ੍ਹਾ ਦੇ ਦੂਜੇ ਪਾਸੇ ਗਏ। ਪਰ ਉੱਥੋਂ ਮਤੇ ਐਸੇ ਲੋਕ ਤੇ ਜਿਨ੍ਹਾਂ ਯੀਸ਼ੂ ਕੰਨੇ ਚੇਲਿਆਂ ਜੋ ਕਿਸ਼ਤੀਆਂ ਚ ਜਾਂਦੇ ਦੇਖਿਆ ਥਾ। ਇਹ ਲੋਕ ਉਹਨਾਂ ਲਾ ਪਹਿਲੇ ਜ਼ਿਲ੍ਹਾ ਦੇ ਦੂਜੇ ਪਾਸੇ ਜਾਣੇ ਤਾਈਂ ਜ਼ਿਲ੍ਹਾ ਦੇ ਬੱਖੇ ਬੱਖੇ ਲਾ ਦੌੜੇ। ਕੰਨੇ ਜਾਲੂ ਯੀਸ਼ੂ ਕੰਨੇ ਚੇਲੇ ਉੱਥੋਂ ਪੁੱਜੇ ਤਾਂ ਲੋਕਾਂ ਦੀ ਇੱਕ ਬੜੀ ਵੱਡੀ ਭੀੜ ਉੱਥੋਂ ਪਹਿਲੇ ਲਾ ਇੰਤਜ਼ਾਰ ਕਰਾ ਦੀ ਸੀ। ਉਸ ਭੀੜਾ ਚ ਜਨਾਨੀਆਂ ਕੰਨੇ ਬੱਚਿਆਂ ਜੋ ਗਿਣਿਓ ਬਿਨਾ 5,000 ਲਾ ਜ਼ਿਆਦਾ ਮਰਦ ਥੇ। ਯੀਸ਼ੂ ਉਹਨਾਂ ਲੋਕਾਂ ਪਰ ਬੜਾ ਤਰਸ ਆਇਆ। ਯੀਸ਼ੂ ਤਾਈਂ ਸਹਿ ਲੋਕ ਬਿਨਾ ਪੁਹਾਲੇ ਦੀਆਂ ਬੇੜਾਂ ਸਹੀ ਥੇ। ਇਸ ਤਾਈਂ ਉਨੀ ਉਹਨਾਂ ਜੋ ਸ਼ਿਕਸ਼ਾ ਦਿੱਤੀ ਕੰਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਬਿਮਾਰ ਥੇ ਉਹਨਾਂ ਜੋ ਠੀਕ ਕੀਤਾ। ਸੰਜਾ ਚੇਲਿਆਂ ਯੀਸ਼ੂ ਨੇ ਬੋਲਿਆ ਹੁਣ ਦੇਰ ਹੋਈ ਗਈ ਹੈ ਕੰਨੇ ਅੱਖੇ ਬੱਖੇ ਕੋਈ ਸ਼ਹਿਰ ਨਹੀਂ ਹੈ ਇਹਨਾਂ ਲੋਕਾਂ ਜੋ ਭੇਜੀ ਦੇ ਤਾਂ ਕਿ ਇਹ ਜਾਇ ਕਰੀ ਕੁਛ ਆਪਣੇ ਖਾਣੇ ਦਾ ਇੰਤਜ਼ਾਮ ਕਰਨ। ਪਰ ਯੀਸ਼ੂ ਚੇਲਿਆਂ ਜੋ ਬੋਲਿਆ ਤੁਸਾਂ ਉਹਨਾਂ ਜੋ ਖਾਣੇ ਤਾਈਂ ਦਿਆ। ਉਹਨਾਂ ਜਵਾਬ ਦਿੱਤਾ ਅਸਾਂ ਐਸਾ ਕਿਆਂ ਕਰੀ ਸਕਦੇ ਨ, ਸਾਡੇ ਵੱਲ ਸਿਰਫ 5 ਰੋਟੀਆਂ ਕੰਨੇ 2 ਛੋਟੀਆਂ ਮਛਲੀਆਂ ਨ। ਯੀਸ਼ੂ ਆਪਣੇ ਚੇਲਿਆਂ ਜੋ ਬੋਲਿਆ ਕਿ ਇਹਨਾਂ ਲੋਕਾਂ ਜੋ ਗਾਏ ਪਰ 50-50 ਕਰੀ ਕਰੀ ਬੋਣੇ ਤਾਈਂ ਬੋਲਾ। ਤਾਲੂ ਯੀਸ਼ੂ 5 ਰੋਟੀਆਂ ਕੰਨੇ 2 ਮਛਲੀਆਂ ਲਈਆਂ ਕੰਨੇ ਸਵਰਗੇ ਪਾਸੇ ਦੇਖਿਆ ਕੰਨੇ ਉਸ ਖਾਣੇ ਤਾਈਂ ਪਰਮੇਸ਼ਰੇ ਜੋ ਧੰਨਵਾਦ ਕੀਤਾ। ਫਿਰੀ ਯੀਸ਼ੂ ਰੋਟੀ ਕੰਨੇ ਮਛਲੀਆਂ ਦੇ ਟੁਕੜੇ ਕੀਤੇ ਉਨੀ ਲੋਕਾਂ ਜੋ ਦੇਣੇ ਤਾਈਂ ਆਪਣੇ ਚੇਲਿਆਂ ਜੋ ਸਹਿ ਟੁਕੜੇ ਦਿੱਤੇ। ਚੇਲੇ ਉਸ ਖਾਣੇ ਜੋ ਵੰਡਦੇ ਰਹੇ ਕੰਨੇ ਸਹਿ ਕਦੀ ਮੁੱਕਿਆ ਨਹੀਂ। ਸਹਿ ਸਾਰੇ ਲੋਕ ਖਾਈ ਕਰੀ ਰੱਜੀ ਗਏ। ਉਹਦੇ ਬਾਅਦ ਚੇਲਿਆਂ ਉਸ ਖਾਣੇ ਜੋ ਗਠੇਰਿਆ ਜਿਸਯੋ ਲੋਕਾਂ ਖਾਧਿਆ ਨਹੀਂ ਤਾ। ਕੰਨੇ ਉਸਨੇ 12 ਰੋਟੀਆਂ ਬਰੂਈ ਗਈਆਂ ਸਹਿ ਸਾਰਾ ਖਾਣਾ ਉਹਨਾਂ 5 ਰੋਟੀਆਂ ਕੰਨੇ 2 ਮਛਲੀਆਂ ਲਾ ਆਇਆ ਥਾ। ਮਤੀ ਅਧਿਆਇ 14:13-21 ਮਾਰਕੁਸ 6:10
31:44, ਲੂਕਾ 9:10-17, ਯੂਹੰਨਾ 6:5-15, ਲਾ ਇੱਕ ਬਾਈਬਲ ਦੀ ਕਹਾਣੀ।